ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਕਿੱਦਾਂ ਲੱਗਾ ਇੱਥੇ ਸਮਾਨ ਦੇਖ ਲਓ ਪਏ ਨਾ ਦਾਲਾਂ ਦੇ ਪੈਕਟ ਅੱਜ ਤੁਹਾਨੂੰ ਸਾਰਾ ਦੁਕਾਨ ਹੀ ਦਿਖਾਉਣੀ ਆ ਹਜੇ ਸਮਾਨ ਕਿੱਦਾਂ ਲੱਗਾ ਹੁੰਦਾ ਕਨੇਡਾ 'ਚ ਵੀ ਆਹ ਦੇਖ ਲਓ ਇੱਧਰ ਪਏ ਆਟਾ ਆਟਾ ਹੈਗਾ 1399 ਦਾ ਇਹ ਹੈਗਾ ਦੇਖ ਲਓ ਇੰਡੀਅਨ ਰੇਟ ਵਰਥ 71 ਰੁਪਏ ਲਿਖਿਆ ਇੱਥੇ $13.99 ਸੈਂਟ ਦਾ ਆਹ ਦੇਖ ਲਓ ਪਏ 50-50 ਬਿਸਕੁਟ ਅਤੇ ਜਿਹੜੀਆਂ ਦਾਲਾਂ ਇਹ ਹੈਗਾ $3.99 ਦਾ $4 ਦਾ ਪੈਕਟ ਆ 4 LB ਜਾਣੀ ਕਿ ਲਾ ਲਓ ਵੀ ਆਪਣਾ 2 ਕੁ ਕਿਲੋ 1.5-2.5 ਕਿਲੋ 2-2.5 ਕਿਲੋ ਇੱਧਰ ਪਏ ਆ ਬਾਸਪਤੀ ਰਾਈਸ ਰੂਹ ਅਫਜ਼ਾ ਵੀ ਪਿਆ ਇਹਦਾ ਪਾਕਿਸਤਾਨੀ ਬ੍ਰਾਂਡ ਆ ਰੂਹ ਅਫਜ਼ਾ ਕਰੇਲੇ ਦੇਸੀ ਕਰੇਲਾ ਹੈਗਾ $1.99 ਨੂੰ LB ਹੁੰਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 2-1.5 LB ਦਾ ਮੈਨੂੰ ਲੱਗਦਾ 1 kg ਹੁੰਦਾ 2.5 LB ਦਾ ਪਤਾ ਨਹੀਂ ਇੱਦਾਂ ਕੁਛ ਆਹ ਦੇਖੀ ਚਲੋ ਦੇਸੀ ਕਰੇਲਾ ਯਕੀਨੀ ਆਹ ਹੁੰਦੀ ਯਕੀਨੀ ਖੀਰੇ ਵਰਗੀ ਬੈਂਗਣ ਦੇਖ ਲਓ ਸਬਜ਼ੀਆਂ ਦੇਖ ਲਓ ਪਹਿਲਾਂ ਸਾਰੀਆਂ ਹਿਮਾਲੀਅਨ ਕੈਰਟ ਆਪਣੀਆਂ ਜਿਹੜੀਆਂ ਇੰਡੀਅਨ ਕੈਰਟ ਹੁੰਦੀਆਂ ਉਹ ਤੋਂ ਬਾਅਦ ਹੁੰਦੀਆਂ ਰੈੱਡ ਜੀਆਂ ਉਹ ਤਾਂ ਕੁਛ ਨਹੀਂ ਮਿੱਠੀਆਂ ਜਿਹੀਆਂ ਹੁੰਦੀਆਂ ਦੇਖ ਲਓ ਆਹ ਸਬਜ਼ੀਆਂ ਇੱਥੇ ਸਾਰੀਆਂ ਮੂਲੀਆਂ ਦੇਸੀ ਡੈਕਣ ਅਤੇ ਦੇਖ ਲਓ ਐਪਲ ਆਹ ਦੇਖ ਲਓ ਐਪਲ ਪਏ ਆ ਸਾਰੇ ਸੰਤਰੇ ਵੀ ਹੈਗੇ ਵਿੱਚ ਇੱਧਰ ਅੰਗੂਰ ਅੰਗੂਰ ਬਹੁਤ ਸਵਾਦ ਹੁੰਦੇ ਇੱਥੇ ਸਹੀ ਗੱਲ ਆਪਣੇ ਵਾਂਗੂ ਨਹੀਂ ਖੱਟੇ ਖੁੱਟੇ ਇੱਥੇ ਤਾਂ ਬਹੁਤ ਮਿੱਠੇ ਮਿੱਠੇ ਹੁੰਦੇ ਅੰਗੂਰ ਅੰਗੂਰ ਤਾਂ ਇੱਥੇ ਬਹੁਤ ਵਧੀਆ ਮਿਲਦੇ ਪਿੰਕ ਲੇਡੀ ਐਪਲ ਹੈਗਾ 179 ਨੂੰ LB ਆਹ ਦੇਖ ਲਓ ਇੱਧਰ ਭਾਂਡਿਆਂ ਵਾਲੀ ਸਟਾਲ ਆ ਇੱਧਰ ਤੁਹਾਨੂੰ ਭਾਂਡੇ ਮਿਲਣਗੇ ਸਾਰੇ ਕਿਤੇ ਆਹ ਦੇਖ ਲਓ ਇੱਧਰ ਭਾਂਡੇ ਹੀ ਭਾਂਡੇ ਦੇਖਿਓ ਕਿੱਡਾ ਸਟੋਰ ਆ ਦੇਖੋ ਸਾਰੇ ਭਾਂਡੇ ਪਏ ਆਹ ਸਾਰੇ ਭਾਂਡੇ ਮਿਲਣਗੇ ਇੱਧਰ ਆਹ ਇੱਧਰ ਸਬਜ਼ੀਆਂ ਯੈਲੋ ਹਲਦੀ ਅਸੀਂ ਤਾਂ ਆਟਾ ਲੈਣ ਆਏ ਹਾਂ ਇੱਧਰ ਦਾਲਾਂ ਦੇਖ ਲਓ ਪਏ ਉਹਨਾਂ ਢੋਲ ਦਾਲਾਂ ਦੇਖ ਲਓ ਇੱਧਰ ਦਾਲਾਂ ਹਾਂਜੀ ਆਹ ਇੱਧਰ ਅਚਾਰ ਪਏ ਆ ਹਾਂਜੀ ਕੁੱਟਣਗੇ ਤੈਨੂੰ ਦੁਕਾਨ ਓਕੇ ਫਿਰ ਕੁੱਟਣਗੇ ਫੜ ਕੇ ਦੁਕਾਨ ਵਾਲੇ ਓਕੇ ਲੈ ਲਓ ਜਿਹੜਾ ਸਵਾਦ ਲੱਗਦਾ ਲੈ ਲਓ ਜਵਾਕ ਸਾਡੇ ਤਾਂ ਖਿੱਚ ਕੇ ਲਿਆਇਆ ਵੀ ਆਹ ਖਾਣਾ ਕੀ ਹੈ ਇਹ ਦਾਲ ਭੁਜੀਆ ਗਿਰੂ ਪਕੌੜਾ ਹਨਾ ਚੱਲ ਪਾਲਕੋ ਕਹਿੰਦੀ ਜੋ ਵੀ ਆ ਕੁਛ ਤਾਂ ਖਾਣ ਵਾਸਤੇ ਹੈਗਾ ਹੀ ਆ ਆਹ ਸਾਨੂੰ ਤਾਂ ਖਾਣ ਨੂੰ ਚਾਹੀਦਾ ਦੱਸ ਦਿਓ ਕਿੰਨਾ ਖਾਣਾ ਤੁਸੀਂ ਦੇਖੋ ਪੁੱਤ ਤੁਸੀਂ ਖਾਣਾ ਬੜਾ ਮੋਟਾ ਮੋਟਾ ਜਿਹਾ ਪਾ ਬੁਰਾ ਜਿਹਾ ਨਾ ਪਾ ਲਿਆ ਮੈਂ ਦੱਸਾਂ ਤੈਨੂੰ ਉਰੇ ਕਰ ਉਰੇ ਕਰ ਆਲੇ ਦੇਖ ਕਿੰਨਾ ਕੁ ਹੋ ਗਿਆ ਬਹੁਤ ਆ ਲੈ ਥੋੜਾ ਨਹੀਂ ਹੋਰ ਪਾ ਲਓ ਬਹੁਤ ਆ ਜ਼ਿਆਦਾ ਖਾ ਕੇ ਖੰਘਣਾ ਹੀ ਆ ਤੁਸੀਂ ਇੱਥੋਂ ਸੁਣਿਆ ਵੀ ਆਟਾ ਕਈ ਵਾਰੀ ਸਸਤਾ ਲੱਗਾ ਹੁੰਦਾ ਦੇਖ ਲਓ ਗੁੜ ਪਿਆ ਇੱਧਰ ਭੁੱਜ ਗਿਆ ਆ ਇੱਧਰ ਭੁੱਜ ਗਏ ਦਾ ਸਟਾਈਲ ਆ ਹੈਂ
ਨਾ ਕੁਲਫੀ ਨਹੀਂ ਪੁੱਤ ਬਿਮਾਰ ਹੋ ਜਾਂਦੇ ਇਹ ਕੀ ਹੈ ਦਵਾਈ ਲੈ ਲਾਂਗੇ ਜਾ ਕੇ ਕੀ ਹੈ ਇਹ ਅਨਾਰ ਦਾ ਜੋ ਵੀ ਆਏ ਅੱਛਾ ਅਨਾਰ ਦਾ ਨਾ ਠੀਕ ਹੈ ਪੀਸਿਆ ਹੋਇਆ ਆ ਦੇਖ ਲਓ ਇੱਧਰ ਦੁੱਧ ਲੱਗਾ ਆ ਬਾਈ ਆਪਣਾ ਲਾ ਰਿਹਾ ਸਾਰਾ ਦੁੱਧ ਆ ਜਾਓ ਪੁੱਤ ਮੰਮਾ ਕਿੱਥੇ ਆ ਮੰਮਾ ਇੱਧਰ ਹੀ ਗਈ ਸੀ ਆ ਇੱਧਰ ਫਰੋਜ਼ਨ ਫਰੂਟ ਉਹ ਪਏ ਆ ਜੋ ਵੀ ਸਮਾਨ ਹੁੰਦਾ ਫ੍ਰੀਜ਼ਰ ਚ ਰੱਖਣ ਵਾਲਾ ਉੱਥੇ ਜੂਸ ਵੀ ਸੀਗੇ ਦੇਖ ਲਓ ਜੀ ਪਾਪਾ ਨੇ ਕਿਹਾ ਕੁਲਫੀ ਨਹੀਂ ਖਾਣੀ ਪ੍ਰਸ਼ਾਦਾ ਮੰਨ ਕਰਦੇ ਖਾਣ मन करता तुहाडा खाण नूं बिमार हो जांदियां खा के खंघ पहला नहीं हटदी आ बापू जी नमका ये बहुत स्वाद हुंदा जिद्दां इत्थे तां मैं कहिंदा वी आ जिहड़ा बापू जी नमका ये कनेडा वालियां नूं पता किन्ना वधिया टेस्ट हुंदा ते फ्रूट ते पा के जां सैलड ते पा के खाइए तां इहदा तां स्वाद ही वखरा बन जांदा चीज़ दुगनी टेस्टी हो जांदी हाँ इत्थे आटा ना थोड़ा सस्ता लगता जिदा हाँ इधर दालां दे पैकेट पाए उत्थे खुलियां दालां सी इधर पैकेट ने आ देख लो हाँ जी कित्थे पिया जी आटा आ पे बिस्कुटां दे डब्बे आ देख लो अग्रवाल पंजाबी बिस्कुट 899 आ किड्डा क डब्बा देख लो च किन्ने क बिस्कुट होणगे ये $9 दे आले देख लो कई कई चीज़ां इत्थे बहुत महंगीआं मिलदीआं आपणे इंडिया इन्ने मैनूं लगदा 50 रुपईआं दे आ जाणगे इत्थे 10 ना 90 नौ 500-600 दे बण गए आ देख लो मंजे भी पए आ क्यों इकट्ठे करन वाले इधर पए दूजा मटरी आ देख लो पैकेटां च पई आ 699 $7 दी आ इन्नी क मटरी आटा इन्हां दे सस्ता लगा होया उदां दा मिलदा ही आटा $17-18 दा इन्हां दे अलग हैगा शेर देसी स्टाइल आटा $12.99 दा यानी $13 दा इन्हां दे थोड़ा सस्ता लगा तां करके इत्थों लै लईदा एक एक $2-2 भी बचाईदे आ जी तां ही सैट आउंदा कनेडा च ਇੱਥੇ ਇਹ ਗੱਲ ਹੈਗੀ ਕਨੇਡਾ 'ਚ ਪੈਸੇ ਬਣਦੇ ਵੀ ਆ ਅਤੇ ਪਰ ਇੱਥੇ ਜੇ ਖਰਚ ਕਰਦੇ ਹਾਂ ਫੈਮਿਲੀ ਚਲਾਉਂਦੇ ਹਾਂ ਤਾਂ ਉੱਥੇ ਹੀ ਗੱਲ ਆਉਂਦੀ ਆ ਉਹ ਸਾਰੇ ਖਰਚੇ ਵੀ ਓਨੇ ਹੀ ਜ਼ਿਆਦਾ ਆ ਦੇਖ ਲਓ ਤੁਸੀਂ ਆਪੇ ਹਿਸਾਬ ਲਾ ਲਓ ਵੀ ਇਕੱਲੀ ਇਕੱਲੀ ਚੀਜ਼ ਦਾ ਕਿੰਨਾ ਰੇਟ ਹੈ ਇੱਥੇ ਖਰਚਾ ਕਰੀ ਚੱਲੋ ਤਾਂ ਕੱਖ ਨਹੀਂ ਬਣਦਾ ਆਹ ਦੇਖ ਲਓ ਤੁਹਾਨੂੰ ਇਕੱਲੀ ਇਕੱਲੀ ਚੀਜ਼ਾਂ ਦੇ ਆਹ ਬਿਸਕੁਟ ਦਾ ਡੱਬਾ ਜਿਹਾ ਦੇਖ ਲਓ ਆਹ ਵੀ $10 ਦਾ ਲਿਆ ਦੇਖ ਲਓ ਕਿੰਨੇ ਕੁ ਬਿਸਕੁਟ ਆ $3 ਦਾ ਰਸਾਂ ਦਾ ਪੈਕਟ ਜਿਹਾ ਜਾਣੀ ਇੱਥੇ ਖਰਚਾ ਕਰਦੇ ਹਾਂ ਤਾਂ ਉਹੀ ਇੰਡੀਆ ਵਾਲਾ ਹਿਸਾਬ ਹੀ ਆ ਖੂਹ ਦੀ ਮਿੱਟੀ ਖੂਹ 'ਤੇ ਲੱਗਣ ਵਾਲੀ ਗੱਲ ਆ ਇੱਥੇ ਕੱਖ ਨਹੀਂ ਵੱਜਦਾ ਹਾਂ ਕੋਈ ਬੰਦਾ ਐਂ ਵੀ ਇਕੱਲਾ ਫੈਮਿਲੀ ਦਾ ਮੈਂਬਰ ਬੰਦਾ ਇੱਥੇ ਆ ਕੰਮ ਕਰਦਾ ਆਹ ਦੇਖ ਲਓ ਮਸਟਰਡ ਆ ਸਰੋਂ ਦਾ ਤੇਲ ਆ ਕਿੱਡੀ ਕੁ ਸ਼ੀਸ਼ੀ ਆ ਇਹ ਮੈਨੂੰ ਲੱਗਦਾ ਕਿਲੋ ਕੁ ਦੀ ਹੋਣੀ ਕਿਲੋ ਦੀ ਹੋਣੀ ਨਹੀਂ $8.5-$7 ਦੀ ਆ ਦੇਖ ਲਓ ਕੀ ਕਰੂੰ ਬੰਦਾ ਹੁਣ ਜਿੰਨੇ ਫੈਮਿਲੀ ਦਾ ਸਾਰਾ ਸੌਦਾ ਲੈਣਾ ਠੀਕ ਆ ਹੋਰ ਦੇਖ ਲਓ ਤੁਹਾਨੂੰ ਚੀਜ਼ਾਂ ਦਿਖਾਉਣਾ ਦੁੱਧ ਦੀ ਬੋਤਲ ਲੈਣੀ ਆ $6 ਦੀ ਆਉਂਦੀ ਆ ਘੱਟ ਤੋਂ ਘੱਟ ਹੋਰ ਤੁਹਾਨੂੰ ਦਿਖਾਉਣੇ ਆ ਲੈ ਆਹ ਦੇਖ ਲਓ ਹੋਰ ਮਤਲਬ ਹਰੇਕ ਚੀਜ਼ਾਂ ਮਹਿੰਗੀਆਂ ਨੇ ਆਹ ਦੇਖ ਲਓ ਚਣੇ ਲੈਣੇ ਡੱਬੇ ਦੇ ਵਿੱਚ ਛੋਟਾ ਜਿਹਾ ਚਣੇ ਦਾ ਡੱਬਾ $3-2.5 ਦਾ ਠੀਕ ਆ ਜਾਣੀ ਇੱਕ ਵਾਰੀ ਦੀ ਗਰੋਸਰੀ ਲੈਣੀ ਆ ਜੇ ਤਾਂ ਹੱਥ ਘੁੱਟ ਕੇ ਵੀ ਜੇ ਆਪਾਂ ਲੈਣੀ ਆ ਵੀ ਐਂ ਕਹੀਏ ਵੀ ਬਾਹਲੀ ਚੀਜ਼ਾਂ ਲੋੜ ਅਨੁਸਾਰ ਹੀ ਲੈਣੀਆਂ ਜਿਵੇਂ ਅਸੀਂ ਦੋ ਬੱਚੇ ਆ ਦੋ ਜਾਣੇ ਅਸੀਂ ਆ ਚਾਰ ਜਾਣੇ ਆ ਤਾਂ ਜਾਣੀ ਕਿ ਹਫ਼ਤੇ ਦੀ ਜਿਹੜੀ ਗਰੋਸਰੀ $200 ਦੀ ਆਉਂਦੀ ਆ ਪੂਰੀ ਜੇ ਸੰਕੋਚ ਕੇ ਵੀ ਚੱਲਣਾ ਤਾਂ $200 ਲੱਗਣਾ ਘੱਟ ਤੋਂ ਘੱਟ ਚਲੋ ਕਦੀ ਆ ਲੇਸ ਵਾਲੇ ਪੈਕਟ ਵੀ ਦੇਖ ਲਓ ਨਿੱਕੇ ਨਿੱਕੇ $1.5-$1.5 ਦੇ ਆ ਚਲੋ ਫਿਰ
नानक दही $13 का, दुध की बोल बोतल जी $6 की लाई हुई इन्होंने, देख लो 6.19 जी, 3.25 मिल्क 6.19 जी, आटा सस्ता लगा हुआ इन्होंने। मैं गया ही गुलफियां नहीं खानियां, ये लगे खान, खंगना फिर तुम लैनी लै लो, मैं तो कोई नहीं थोड़ी थोड़ी ये लोड़ी ले ले दो। जिहड़ा सनफ्लावर ऑयल 5 लीटर का लगा हुआ वह लगा हुआ $17 का। चलो हूँ असं लगे हैं बिल कर, इन्होंने खिलार खलूर देना सारा कुछ। आ देख लो टॉफियां का डब्बा लेना है $10 का। इधर निका निका जहा समान लगा, ओके मैं नहीं खानी रेगुलर के नहीं। फिर एक ला देने, एक कहते थो सस्ता मिलेगा, तो एक मिलेगा रेगुलर $15-16 का, उही ही फिर एक ही लै लिया, दो रहन दिने सस्ता करके तो आए थे। इदा जी $1 आप लेना गट्टा तो फिर $12.99 का, उदा $15 का जो दो लेने, तो मैं क्या भी एक ही लै लें। फ्रेश शुगर कैन जूस $4.99 का।